ਐ ਦੁਨੀਆ ਮੰਡੀ ਪੈਸੇ ਦੀ ਹਰ ਚੀਜ਼ ਵਿਕੇਂਦੀ ਪਾ ਸਜਣਾ ਇੱਥੇ ਰੋਂਦੇ ਚਿਹਰੇ ਵਿਕਦੇ ਨਹੀਂ ਹੱਸਣੇ ਦੀ ਆਦਤ ਪਾ ਸਜਣਾ ਸ਼ਊਰ ਕਿਸੇ ਕੀ ਮਿਰਾਸ ਨਹੀਂ ਇਹ ਕਿਸੇ ਬੱਚੇ ਕੇ ਪਾਸ ਵੀ ਹੋ ਸਕਤਾ ਹੈ ਔਰ ਕੋਈ ਬਜ਼ੁਰਗ ਇਸ ਸੇ ਮਹਿਰੂਮ ਵੀ ਇਹ ਕਿਸੇ ਅਨਪੜ੍ਹ ਕੇ ਪਾਸ ਵੀ ਹੋ ਸਕਤਾ ਹੈ ਔਰ ਕਿਸੇ PhD ਕੀ ਦਸਤਰਸ ਸੇ ਬਾਹਰ ਇੱਕ ਐਸਾ ਇੰਟੈਲੈਕਚੁਅਲ ਜੋ ਤਾਲੀਮ ਕੇ ਲਿਹਾਜ਼ ਸੇ ਮੈਟ੍ਰਿਕ ਔਰ ਪੇਸ਼ੇ ਕੇ ਲਿਹਾਜ਼ ਸੇ ਦਰਜ਼ੀ ਮੁਤਾਹਿਦਾ ਹਿੰਦੁਸਤਾਨ ਬ੍ਰਿਟਿਸ਼ ਰਾਜ ਹਰ ਤਰਫ ਆਜ਼ਾਦੀ ਕੀ ਤਹਿਰੀਕੇ ਜ਼ੋਰ ਪਕੜ ਰਹੀ ਥੀ ਆਜ਼ਾਦੀ ਕੇ ਨਾਰੇ ਬਗਾਵਤੇ ਐਸੇ ਮਾਹੌਲ ਮੇਂ ਪਰਵਰਿਸ਼ ਪਾ ਰਹਾ ਥਾ ਵੋ ਜਬ ਸੱਚ ਕਹਿਣੇ ਪਰ ਕੈਦ ਜਾਂ ਫਿਰ ਫਾਂਸੀ ਮਿਲਤੀ ਥੀ ਤਹਿਰੀਕੇ ਪਾਕਿਸਤਾਨ ਕੇ ਰੁਕਨ ਮੀਆਂ ਇਫਤਖਾਰੁਦੀਨ ਜਬ ਆਪਣੀ ਦਰਜ਼ੀ ਕੀ ਨਜ਼ਮ ਸੁਣਤੇ ਤੋ ਇਤਨੇ ਇੰਪ੍ਰੈਸ ਹੋਤੇ ਕਿ ਉਸੇ ਇੰਡੀਅਨ ਨੈਸ਼ਨਲ ਕਾਂਗਰਸ ਕੀ ਮੀਟਿੰਗ ਮੇਂ ਇਨਵਾਈਟ ਕਰਤੇ ਜਵਾਹਰ ਲਾਲ ਨਹਿਰੂ ਜਬ ਇਸ ਦਰਜ਼ੀ ਕੀ ਨਜ਼ਮ ਸੁਣਤੇ ਤੋ ਇਸੇ ਪੋਇਟ ਆਫ ਫਰੀਡਮ ਕਾ ਖਿਤਾਬ ਦੇਤੇ ਉਨੀ ਸੌ ਸੰਤਾਲੀ ਮੁਤਹਿਦਾ ਹਿੰਦੁਸਤਾਨ ਕਾ ਬਟਵਾਰਾ ਦੰਗੋਂ ਮੇਂ ਘਰ ਜਲ ਗਏ ਬੀਵੀ ਔਰ ਬੇਟੀ ਖਾਲੇ ਕੇ ਹਕੀਕੀ ਸਜ਼ਾ ਮਿਲੇ ਤਾਲੀਮ ਮੈਟ੍ਰਿਕ ਲੇਕਿਨ ਸ਼ਾਇਰੀ ਪੇ ਇਤਨਾ ਅਬੂਰ ਕਿ ਸਿਸਟਮ ਪਰ ਤਨਕੀਦ ਕੇ ਇਲਾਵਾ ਬੇਮਿਸਾਲ ਗਾਣੇ ਵੀ ਲਿਖੇ ਕੀ ਕਰੀ ਜਾਣਾ ਹੈ ਕੀ ਕਰੀ ਜਾਣਾ ਕਦੀ ਚੀਨ ਜਾਣਾ ਹੈ ਕਦੀ ਰੂਸ ਜਾਣਾ ਹੈ ਮਨ ਕੇ ਤੂੰ ਅਮਰੀਕੀ ਜਾਸੂਸ ਜਾਣਾ ਹੈ ਕਦੀ ਸ਼ਿਮਲੇ ਜਾਣਾ ਹੈ ਕਦੀ ਮਰੀ ਜਾਣਾ ਹੈ ਇਹ ਕੀ ਕਰੀ ਜਾਣਾ ਹੈ ਕੀ ਕਰੀ ਜਾਣਾ ਹੈ ਇਹ ਕਹਾਣੀ ਚਿਰਾਗ ਦੀ ਉਰਫ ਉਸਤਾਦ ਦਾਮਨ ਜਾਗਣ ਵਾਲੇ ਆ ਰੱਜ ਕੇ ਲੁੱਟੇ ਆਏ ਸੋਏ ਤੁਸੀਂ ਵੀ ਉਹ ਸੋਏ ਅਸੀਂ ਵੀ ਆਂ ਅਸੂਲ ਪਰਸਤ ਬਹਾਦਰ ਆਵਾਮੀ ਸ਼ਾਹ ਅਸੀਂ ਵੀ ਆਂ ਰੋਏ ਤੁਸੀਂ ਵੀ ਆਂ ਰੋਏ